ਕੰਮ ਕਰਨ ਨੂੰ ਨਾ ਵੈਸੇ ਮੇਰਾ ਦਿਲ ਨਹੀਂ ਕਰਦਾ। ਇਸ ਘਰ 'ਚ ਮੰਨਦਾ ਮੇਰੀ ਕੋਈ? ਜਿਹੜੀ ਮੈਂ ਉਦਣ ਸਕੀਮ ਸੋਚਦੀ ਸੀ ਨਾ ਉਹੀ ਲਾਉਣੀ ਆ ਸਾਰੇ ਪਿੰਡ 'ਚ ਨਾ ਪਾ ਕੇ ਰੋਲਾ। ਠੀਕ ਆ ਚਾਚੀ, ਤੁਸੀਂ ਸੁਣਾਓ, ਪਿਆ ਨਾ ਦਵਾਈ ਨਾ ਫਰਕ ਹੋਣਾ? ਆਹੋ ਕੋਈ ਨੀ, ਡਾਕਟਰ ਕਹਿੰਦਾ ਸੀ ਵੀ ਦਵਾਈ ਜਦੋਂ ਖਤਮ ਹੋ ਜੂਗੀ ਨਾ ਮੇਰੇ ਕੋਲ ਫੇਰ ਆ ਜਾਓ। ਰਿਸ਼ਤਾ ਤੇ ਮੈਨੂੰ ਪਤਾ ਵਾ ਕੀ ਹੋਣਾ ਵਾ, ਜਦ ਕੋਈ ਕੁੜੀ ਹੈ ਨੀ ਤੇ ਰਿਸ਼ਤਾ ਮੈਂ ਕਿੱਥੋਂ ਕਰਾ ਦੇਣਾ ਵਾ, ਘੁੰਮ ਫਿਰ ਕੇ ਤੇ ਆਵਾਂਗੀ ਨਾ। ਮੰਮੀ ਐਵੇਂ ਨਾ ਕਿਤੇ ਤੁਰੀ ਫਿਰੀ ਬਾਬੇ ਬੂਬਿਆਂ ਕੋਲੋਂ, ਇਹਨਾਂ ਕੁਝ ਨਹੀਂ ਹੈਗਾ ਨਾ ਪਖੰਡੀਆਂ ਕੋਲੋਂ। ਮੰਮੀ ਛੱਡ ਹੁਣ ਗੱਲਾਂ, ਚਾਹ ਉੱਥੇ ਜਾ ਕੇ ਪੀ ਲਾਂਗੇ ਚਾਚੀ ਕੋ, ਕਵੇਲਾ ਬੜਾ ਹੋ ਗਿਆ ਵਾ। ਪਤਾ ਕਿੰਨੇ ਤਲਾਕ ਹੋਏ ਇਹਦੇ ਕਰਕੇ? ਅੱਛਾ ਹੁਣ ਤੂੰ ਵੀ ਤਲਾਕ ਲਏਂਗੀ, ਚੱਲ ਜਾ ਫਿਰ ਤਲਾਕ ਹੀ ਮੇਰੇ ਕੋਲ। ਬੜੀ ਕਿਰਪਾ ਮੇਰੇ ਮਾਲਕ ਦੀ, ਹੁਣ ਤੇ ਮੈਂ ਠੀਕ ਹੋ ਗਈ, ਅੱਗੇ ਨਾਲ ਬਹੁਤ ਫਰਕ ਪੈ ਗਿਆ। ਹਾਂਜੀ ਹਾਂਜੀ ਭੈਣ ਜੀ, ਕੋਈ ਗੱਲ ਨਾ, ਮੈਂ ਵੀ ਆਵਾਂਗੀ, ਤੁਸੀਂ ਕੱਢਿਓ ਟਾਈਮ ਕਿਸ ਦਿਨ, ਜ਼ਰੂਰ ਆਇਓ ਸਾਡੇ ਕੋਲ। ਹਾਂਜੀ ਵੈਸੇ ਨਾ ਕੋਮਲ ਦਾ ਕੋਈ ਹਾਲ ਨਹੀਂ, ਐਵੇਂ ਗੱਲ ਨਾ ਇੱਧਰ ਦੀ ਇੱਧਰ ਚੁੱਕਦੀ ਬੜੀ ਆ। ਸਹੀ ਗੱਲ ਮੰਮੀ, ਇਹਦਾ ਸ਼ੁਰੂ ਤੋਂ ਹੀ ਹਾਲ ਰਿਹਾ ਵਾ। ਹਾਂਜੀ ਭੈਣ ਜੀ, ਹੁਣ ਤੇ ਮੈਂ ਠੀਕ ਹਾਂ, ਬੜੀ ਕਿਰਪਾ ਮੇਰੇ ਮਾਲਕ ਦੀ, ਹੁਣ ਤੇ ਮੈਂ ਠੀਕ ਹੋ ਗਈ, ਅੱਗੇ ਨਾਲ ਬਹੁਤ ਫਰਕ ਪੈ ਗਿਆ। ਹਾਂਜੀ ਹਾਂਜੀ ਭੈਣ ਜੀ, ਕੋਈ ਗੱਲ ਨਾ, ਮੈਂ ਵੀ ਆਵਾਂਗੀ, ਤੁਸੀਂ ਕੱਢਿਓ ਟਾਈਮ ਕਿਸ ਦਿਨ, ਜ਼ਰੂਰ ਆਇਓ ਸਾਡੇ ਕੋਲ। ਹਾਂਜੀ ਵੈਸੇ ਨਾ ਕੋਮਲ ਦਾ ਕੋਈ ਹਾਲ ਨਹੀਂ, ਐਵੇਂ ਗੱਲ ਨਾ ਇੱਧਰ ਦੀ ਇੱਧਰ ਚੁੱਕਦੀ ਬੜੀ ਆ। ਸਹੀ ਗੱਲ ਮੰਮੀ, ਇਹਦਾ ਸ਼ੁਰੂ ਤੋਂ ਹੀ ਹਾਲ ਰਿਹਾ ਵਾ। ਇੰਨੀ ਗਰਮੀ 'ਚ ਕਿਹੜਾ ਆ ਗਿਆ ਹੁਣ? ਸਤਿ ਸ਼੍ਰੀ ਅਕਾਲ ਭਰਜਾਈ ਜੀ, ਕਿੱਧਰੋਂ ਟਾਈਮ ਲੱਗ ਗਿਆ ਅੱਜ? ਹੋਰ ਮੈਂ ਆਖਿਆ ਚੱਲ ਬਲਜੀਤ ਦਾ ਪਤਾ ਲੈ ਹੀ ਆਵਾਂ। ਅੱਛਾ ਅੱਛਾ ਅੱਛਾ, ਆ ਜਾਓ ਆ ਜਾਓ, ਲੰਘੋ ਲੰਘੋ। ਹਾਂਜੀ ਭੈਣ ਜੀ, ਹੁਣ ਮੈਂ ਠੀਕ ਹਾਂ, ਕੋਈ ਨਾ ਮੈਂ ਜ਼ਰੂਰ ਚੱਕਰ ਮਾਰਾਂਗੀ। ਠੀਕ ਆ, ਓਕੇ ਓਕੇ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ, ਠੀਕ ਠਾਕ ਹੋ? ਹਾਂਜੀ ਹਾਂਜੀ ਵਧੀਆ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਕੀ ਗੱਲ ਬਲਜੀਤ, ਸੁਖੀ ਕਹਿੰਦਾ ਜ਼ਿਆਦਾ ਢਿੱਲੀ ਹੋ ਗਈ ਸੀਗੀ? ਪਤਾ ਹੀ ਨਾ ਲੱਗਾ ਭੈਣ ਜੀ, ਮੈਨੂੰ ਤੇ ਚੱਕਰ ਜਿਹੀ ਆਈ ਜਾ, ਸੁਖੀ ਦਾ ਭਲਾ ਹੋਵੇ ਜਿਹਨੇ ਆ ਕੇ ਮੈਨੂੰ ਦਵਾਈ ਦਵਾਈ ਆ। ਬਲਜੀਤ ਸੁਖੀ ਦਾ ਤੇ ਫਰਜ਼ ਆ, ਪਰਮਾਤਮਾ ਨੇ ਨਾ ਤੁਹਾਨੂੰ ਇਸ ਗੱਲੋਂ ਨਾ ਵਾਂਝੇ ਰੱਖਿਆ ਵਾ। ਪਰ ਇੱਕ ਗੱਲ ਦੱਸਾਂ, ਮੈਂ ਤੇ ਜੱਗੀ ਦੇ ਸੁਖੀ ਨੂੰ ਕਹਿ ਦਿੱਤਾ ਆ, ਜਿਸ ਤਰ੍ਹਾਂ ਮੇਰੀ ਸੇਵਾ ਕਰਨੀ ਨਾ ਉਸੇ ਤਰ੍ਹਾਂ ਆਪਣੇ ਚਾਚੇ ਚਾਚੀ ਦੀ ਸੇਵਾ ਕਰਨੀ ਆ। ਹਾਂਜੀ ਭੈਣ ਜੀ, ਸੁਖੀ ਦਾ ਚਾਚਾ ਤੇ ਕਹਿਣ ਡਿਆ ਸੀ ਜੇ ਕਈ ਛੋਟੇ ਹੁੰਦੇ ਸੁਖੀ ਨੂੰ ਲੈ ਨਹੀਂ ਦਿੱਤੇ, ਹੁਣ ਵਿਆਹ ਵੀ ਦੇਣਾ ਸੀ ਜੇ। ਲੈ ਆ ਕੀ ਗੱਲ ਕੀਤੀ ਬਲਜੀਤ, ਹੁਣ ਵੀ ਤੇ ਤੇਰਾ ਹੀ ਆ ਸੁਖੀ। ਹੋਰ ਸੁਖੀ ਪੁੱਤ, ਕੀ ਹਾਲ ਆ ਤੇਰਾ? ਠੀਕ ਆ? ਵਧੀਆ ਚਾਚੀ, ਠੀਕ ਆ। ਆਪਣਾ ਧਿਆਨ ਰੱਖਿਆ ਕਰੋ, ਦਵਾਈ ਲੈਣ ਸਿਰ ਲੈ ਲਿਆ ਕਰੋ। ਹੋਰ ਸੁਖੀ ਭਾਈ, ਠੀਕ ਠਾਕ? ਉਹ ਬੱਲੇ ਸਾਹਿਲ ਕਿੱਦਾਂ, ਠੀਕ ਠਾਕ ਆ? ਆ ਜਾ ਬਹਿ ਜਾ ਬਹਿ ਜਾ। ਕਿੱਦਾਂ ਚੱਲਦਾ ਤੇਰਾ ਰਿਆਜ਼ ਫਿਰ? ਚੱਲ ਵਧੀਆ ਵਧੀਆ, ਠੀਕ ਆ ਕੇ। ਹੋਰ ਸੁਣਾ, ਕੋਈ ਕੀਤਾ ਤਿਆਰ ਗਾਣਾ ਗੁਣਾ ਕਿ ਨਹੀਂ ਰੇ? ਹਾਂ ਬਸ ਤਿਆਰੀ ਆ ਭਾਜੀ। ਚੱਲ ਵਧੀਆ, ਚੰਗੀ ਗੱਲ ਆ। ਇੱਥੇ ਖਲੋਤੇ ਕਿਉਂ ਰਹੀ ਆ ਜੀ? ਚੱਲ ਫਿਰ ਮੈਂ ਬਾਹਰ ਹੀ ਵੇਖ ਲੈਣਾ। ਬਲਜੀਤ, ਇਹ ਕਿਤੇ ਜਿੰਦਰ ਦਾ ਮੁੰਡਾ ਤੇ ਨਹੀਂ ਆ? ਉਹਦੇ ਵਰਗੇ ਲੱਗਣ ਡਿਆ ਮੈਨੂੰ। ਹੋਰ ਭੈਣ ਜੀ, ਇਹ ਜਿੰਦਰ ਦਾ ਹੀ ਮੁੰਡਾ ਵਾ। ਹੋਰ ਭੈਣ ਜੀ, ਜਦੋਂ ਦੀ ਜਿੰਦਰ ਏਦਾਂ ਹੋਈ ਆ, ਮੁੰਡਾ ਸਾਡੇ ਕੋਈ ਆਉਂਦਾ ਜਾਂਦਾ ਰਹਿੰਦਾ। ਹੋਰ ਤੇ ਗੱਲ ਠੀਕ ਆ ਬਲਜੀਤ, ਉਹਦਾ ਤੇ ਨਿੱਕਾ ਸੀ, ਉਦੋਂ ਤੇ ਮੰਮੀ ਡੈਡੀ ਕਹਿੰਦਾ ਸੀ, ਹੁਣ ਤੇ ਇਹਦੀ ਆਦਤ ਠੀਕ ਕਰਵਾ ਲਾ, ਇਹ ਅਜੇ ਵੀ ਤੈਨੂੰ ਮੰਮੀ ਡੈਡੀ ਕਹਿੰਦਾ ਫਿਰਦਾ ਵਾ। ਚਲੋ ਭੈਣ ਜੀ, ਕੀ ਕਹਿਣਾ ਨਿਆਣੇ ਨੂੰ, ਅਗਲਾ ਗਿੱਜਾ ਵਾ ਕਹਿਣਾ, ਮੰਮੀ ਡੈਡੀ ਕਹਿਣਾ ਗਿੱਜਾ ਸਾਨੂੰ, ਅਗਲੇ ਦਾ ਵੀ ਮਨ ਹੌਲਾ ਹੋ ਜਾਂਦਾ ਵਾ ਮੰਮੀ ਡੈਡੀ ਕਹਿ ਕੇ। ਸਾਨੂੰ ਵੀ ਖੁਸ਼ੀ ਮਿਲਦੀ ਆ, ਸਾਨੂੰ ਕਿਹੜਾ ਕੋਈ ਹੋਰ ਕਹਿਣ ਵਾਲਾ ਹੈਗਾ ਮੰਮੀ ਡੈਡੀ। ਹਾਂਜੀ ਭੈਣ ਜੀ, ਛੱਡੋ ਸਾਰੀਆਂ ਗੱਲਾਂ ਹੁਣ, ਤੁਸੀਂ ਮੇਰਾ ਤਾਂ ਧਿਆਨ ਹੁਣ ਸੁਖੀ ਦੇ ਵਿਆਹ 'ਚ ਵਾ। ਉਹ ਚਾਚੀ ਛੱਡੋ ਮੇਰੇ ਵਿਆਹ ਦੀਆਂ ਗੱਲਾਂ, ਜਦੋਂ ਉਹ ਆ ਗਈ ਨਾ ਉਹਨੇ ਸੇਵਾ ਵੀ ਨਹੀਂ ਕਰਨ ਦੇਣੀ ਤੁਹਾਡੀ। ਕਮਲਿਆ ਛੱਡ ਤੂੰ ਮੇਰੀ, ਮੈਂ ਆਪਣਾ ਆਪੇ ਕਰ ਲਿਆ ਕਰੂੰਗੀ, ਤੂੰ ਵਿਆਹ ਕਰਾ। ਆ ਲੈ ਸੁਖੀ ਪਾਣੀ ਫੜੋ। ਉਹ ਚਾਚਾ ਜੀ ਰਹਿਣ ਦੇਣਾ ਸੀ ਪਾਣੀ, ਆਪੇ ਪੀ ਲੈਣਾ ਸੀ ਆਪਾਂ, ਜੇ ਚਾਹ ਦੀ ਵੀ ਲੋੜ ਆ ਤੇ ਮੈਂ ਬਣਾ ਲੈਣੀ ਸੀ, ਤੁਸੀਂ ਐਵੇਂ ਖੇਚਲ ਕਰਨ ਦੇ ਬੈਠੋ ਇੱਥੇ। ਬਹਿ ਬਹਿ ਸੁਖ, ਆਪੇ ਤੇਰਾ ਚਾਚਾ ਚਾਹ ਬਣਾ ਕੇ ਲਿਆਉਂਦਾ ਵਾ, ਇਹ ਰੋਜ਼ ਚਾਹ ਬਣਾਉਂਦੇ ਆ। ਉਹ ਤੁਸੀਂ ਕਿਹੜੀਆਂ ਗੱਲਾਂ 'ਚ ਪਏ ਹੋ ਭਾਬੀ, ਮੈਂ ਤਾਂ ਕਹਿੰਦਾ ਸੁਖੀ ਦਾ ਵਿਆਹ ਕਰੀਏ ਹੁਣ ਆਪਾਂ। ਨਾ ਸਤਨਾਮ, ਸੁਖੀ ਕਿਹੜਾ ਭੱਜਦਾ ਵਾ, ਵਿਚੋਲੇ ਬਣੋ ਤੁਸੀਂ ਉਹਦੇ। ਲੈ ਭਰਜਾਈ, ਮੇਰੇ ਇੰਨੇ ਜਾਣਕਾਰ ਨੇ ਜਿਨ੍ਹਾਂ ਦੀਆਂ ਕੁੜੀਆਂ 12 ਕਰਕੇ ਆਈਲੈਟਸ ਕਰਕੇ ਕੈਨੇਡਾ ਬੈਠੀਆਂ ਨੇ। ਲੈ ਵੇਖਦਾ ਕੀ ਹੈ, ਕਰਾ ਫਿਰ ਰਿਸ਼ਤਾ ਕੈਨੇਡਾ ਵਾਲੀ ਦਾ। ਨਾ ਭਰਜਾਈ, ਮੈਂ ਇਦਾਂ ਦਾ ਕੰਮ ਨਹੀਂ ਕਰਨਾ, ਕੁੜੀਆਂ ਕੈਨੇਡਾ ਜਾ ਕੇ
ਉਧਰ ਜਾ ਕੇ ਮੁੱਕਰ ਜਾਂਦੀਆਂ ਨੇ, ਅਗਲੀਆਂ ਮਿੰਟ ਮਿੰਟ ਤੇ ਜਵਾਨ ਬਦਲ ਲੈਂਦੀਆਂ ਤੇ ਮਗਰੋਂ ਉਹਨਾਂ ਦੇ ਘਰ ਦੇ ਵੀ ਉਹਨਾਂ ਦੇ ਪਿੱਛੇ ਲੱਗ ਜਾਂਦੇ ਆ। ਕਿੰਨੇ ਮੁੰਡੇ ਮਰ ਗਏ ਨੇ, ਅਗਲੀਆਂ 40-40 ਲੱਖ ਰੁਪਇਆ ਲਵਾ ਕੇ ਉਹਨਾਂ ਨੂੰ ਲੈ ਕੇ ਹੀ ਨਹੀਂ ਗਈਆਂ। ਵੇ ਸਾਰੇ ਇੱਕੋ ਜਿਹੇ ਨਹੀਂ ਹੁੰਦੇ, ਕੋਈ ਖਾਸ ਵੀ ਹੁੰਦਾ ਆ, ਭਤੀਜੇ ਦੇ ਤੇ ਪੁੱਤ 'ਚ ਕੋਈ ਫਰਕ ਨਹੀਂ ਹੁੰਦਾ, ਵੇਖ ਤੂੰ। ਭਰਜਾਈ ਇਹ ਕੀ ਗੱਲ ਕਰਤੀ ਤੁਸੀਂ, ਜਿੰਨਾ ਪਿਆਰ ਸਾਡਾ ਸੁਖੀ ਨਾਲ ਹੈ ਨਾ ਓਨਾ ਤੁਹਾਡਾ ਨਹੀਂ ਹੋਣਾ। ਸਤਨਾਮ ਜੇ ਇੰਨੀ ਗੱਲ ਕਰਦਾ ਨਾ ਸਮਝਾ ਇਹਨੂੰ, ਐਵੇਂ ਨਾ ਲੋਕਾਂ ਦੇ ਕੰਮੀ ਧੰਦੀ ਤੁਰਿਆ ਫਿਰਦਾ ਵਾ ਤੇ ਫਿਰ ਜੱਗੀ ਮਗਰੋਂ ਇਹਦੇ ਨਾਲ ਲੜਦਾ ਆ। ਚਲੋ ਛੱਡੋ ਗਾ, ਚਲੋ ਉੱਧਰ ਜਾ ਕੇ ਚਾਹ ਪੀਏ, ਐਵੇਂ ਨਾ ਮੁੰਡੇ ਨੂੰ ਕਹਿੰਦੇ ਰਿਹਾ ਕਰੋ। ਸਤਨਾਮ ਅੱਜ ਤੇ ਆਏ ਹਾਂ ਤੇਰੇ ਕੋਲ ਤੇ ਤੂੰ ਨਾ ਇਹਦੇ ਖਾਨੇ ਗੱਲ ਪਾ, ਇਹਨੂੰ ਸਮਝਾ। ਚਾਚਾ ਬੰਦਾ ਤੇ ਉਦੋਂ ਜਾਂਦਾ ਵਾ ਜਦੋਂ ਬੰਦਾ ਵਿਹਲਾ ਹੋਵੇ। ਮੈਂ ਤੇ ਮੰਮੀ ਨੂੰ ਕਈ ਵਾਰੀ ਕਿਹਾ ਵਾ, ਮੰਮੀ ਖੇਤੀਬਾੜੀ ਅਸੀਂ ਆਪ ਕਰ ਲਿਆ ਕਰੀਏ, ਬੰਦਾ ਨਾ ਕੰਮੀ ਲੱਗੀ ਰਹਿੰਦਾ ਵਾ, ਹੋਰ ਬੰਦਾ ਵਿਹਲਾ ਕੀ ਕਰੇ। ਸੰਦ ਤੇ ਸਾਰੇ ਵੇਚ ਦਿੱਤੇ ਨੇ ਜਦੋਂ ਦਾ ਜੱਗੀ ਪ੍ਰਾਈਵੇਟ ਨੌਕਰੀ ਲੱਗ ਗਿਆ ਆ। ਭਰਜਾਈ ਵਿਹਲਾ ਬੰਦਾ ਫਿਰ ਕੀ ਕਰੇ, ਕੋਈ ਕੰਮ ਤਾਂ ਚਾਹੀਦਾ ਹੀ ਹੈ ਨਾ। ਚਾਚਾ ਮੈਂ ਤੇ ਨਾ ਕਈ ਵਾਰੀ ਜੱਗੀ ਨੂੰ ਕਿਹਾ ਵਾ ਕਿ ਤੂੰ ਨੌਕਰੀ ਕਰੀ ਜਾ ਤੇ ਮੈਨੂੰ 5-7 ਡੰਗਰ ਲੈ ਦੇ, ਮੈਂ ਆਪੇ ਕੰਮ ਚਲਾ ਲੂੰ। ਸੁਖੀ ਜਮਾਂ ਹੀ ਠੀਕ ਗੱਲ ਆ, ਜੇ ਇਸ ਬੰਦੇ ਨੂੰ ਆਪਣੀ ਕਿਰਤ ਨਾਲ ਪਿਆਰ ਹੋ ਜੇ ਨਾ ਉਹ ਮਾੜੀ ਕੰਮ ਹੀ ਨਹੀਂ ਪੈਂਦਾ। ਡੰਗਰਾਂ 'ਚ ਕੀ ਆ, ਡੰਗਰਾਂ 'ਚ ਡੰਗਰਾਂ ਵਾਂਗੂ ਹੋ ਜਾਈਦਾ। ਮਾਤਾ ਉਹ ਜ਼ਮਾਨੇ ਗਏ ਹੁਣ, ਨਸਲੀ ਪਸ਼ੂ ਜਿਹੜੇ ਆ ਨਾ 5-5 ਲੱਖ ਰੁਪਏ ਦੇ ਵਿਕਦੇ ਆ, ਪਤਾ ਕਿੰਨੀ ਕਮਾਈ ਉਹਨਾਂ 'ਚ। ਪੁੱਤ ਮੈਨੂੰ ਤੇ ਇਹ ਡਰ ਲੱਗਦਾ, ਡੰਗਰ ਲੈ ਤੇ ਲਵੇ ਤੇ ਜੇ ਤੂੰ ਸੰਭਾਲ ਨਾ ਸਕੇ ਤੇ ਫਿਰ ਐਵੇਂ ਲੋਕਾਂ ਨਾਲ ਤੁਰਿਆ ਫਿਰੇ ਤੇ ਫਿਰ ਘਰ ਕਲੇਸ਼ ਨਿੱਤ ਦਾ ਪਿਆਰ ਰਹਿਣਾ। ਪੁੱਤ ਜਿਨ੍ਹਾਂ ਨਾਲ ਤੂੰ ਦਿੱਲੀ ਤੁਰਿਆ ਫਿਰਦਾ ਵਾ ਨਾ ਉਹ ਏਡੀ ਛੇਤੀ ਖੜਾ ਨਹੀਂ ਛੱਡਦੇ। ਓਹੋ ਚਾਚੀ ਜਦੋਂ ਸਵੇਰੇ ਸ਼ਾਮ ਪੱਠੇ ਪਾਉਣੇ ਪਏ ਨਾ ਫਿਰ ਬੰਦੇ ਨੇ ਕਿੱਥੇ ਜਾਣਾ ਵਾ। ਪੁੱਤ ਅਸੀਂ ਤੇ ਆਪ ਕਹਿੰਦੇ ਹਾਂ ਤੂੰ ਚੰਗੇ ਕੰਮ ਕਾਰ ਲੱਗੇ ਤੇ ਵੇਖੀ ਉਦੋਂ ਹੀ ਰਿਸ਼ਤਾ ਹੋ ਜਾਣਾ। ਉਹ ਬਾਬਾ ਤੁਸੀਂ ਸਾਰਿਆਂ ਨੇ ਕਿਉਂ ਟੈਨਸ਼ਨ ਪਾਈ ਆ, ਨਹੀਂ ਹੁੰਦਾ ਰਿਸ਼ਤਾ ਤੇ ਨਾ ਹੋਵੇ। ਹਾਂ ਮੁੰਡੇ ਦਾ ਵੇਲਾ ਹਾਲ। ਪੁੱਤ ਕੁੱਲ ਕਿੱਦਾਂ ਅੱਗੇ ਵਧੂਗੀ, ਹੋਰ 10 ਸਾਲਾਂ ਨੂੰ ਜੱਗੀ ਦੀ ਨੂੰਹ ਆ ਜਾਣੀ ਹੈ, ਫਿਰ ਤੈਨੂੰ ਰੋਟੀ ਕਿੰਨੇ ਦੇਣੀ ਆ। ਬਲਜੀਤ ਰੋਟੀ ਤੇ ਭਾਈ ਉਹਨੂੰ ਦੇ ਦਿਆ ਕਰਨ, ਹੈਂ ਕਿੰਨਾ ਕੁ ਚਿਰ ਉਹਨਾਂ ਦੇ ਮੂੰਹ ਵੱਲ ਵੇਖੀ ਜਾਇਆ ਕਰੇਗਾ, ਇਸ ਤਰ੍ਹਾਂ ਤੇ ਮੇਰੀ ਗਤੀ ਵੀ ਨਹੀਂ ਹੋਣੀ। ਚਲੋ ਆ ਵੀ ਮੁੰਡਿਆ ਚੱਲੀਏ ਆਪਾਂ ਬਾਹਰ, ਇਹਨਾਂ ਨੂੰ ਕਰ ਲੈਂਦੇ ਅੱਗੇ ਪਿੱਛੇ ਦੀਆਂ ਚੁਗਲੀਆਂ। ਲੈ ਸਾਡੀਆਂ ਗੱਲਾਂ ਹੁਣ ਚੁਗਲੀਆਂ ਹੋ ਗਈਆਂ ਵਾ, ਇੱਧਰ ਆ ਜਾਓ ਭੈਣ ਜੀ, ਉੱਪਰ ਹੋ ਕੇ ਬਹੁਤ ਹੀ। ਹੋਰ ਭੈਣ ਜੀ ਆਇਆ ਕੋਈ ਰਿਸ਼ਤਾ ਹੁਣ। ਬਲਜੀਤ ਅੱਜ ਨਾ ਫੌਜੀ ਦੀ ਨੂੰਹ ਕਹਿੰਦੀ ਸੀਗੀ ਮੈਂ ਰਿਸ਼ਤਾ ਕਰਾਉਣੀ ਆ, ਉਹਨੇ ਨਾ ਕੁੜੀ ਦੀ ਫੋਟੋ ਵਿਖਾਈ ਤੇ ਮੇਰੇ ਤੇ ਜਮੇ ਭੁੱਖ ਲੱਥ ਗਈ, ਇੰਨੀ ਸੋਹਣੀ ਤੈਨੂੰ ਮੈਂ ਕੀ ਦੱਸਾਂ। ਹੈ ਭੈਣ ਜੀ ਘਾਟ ਕਿੱਥੇ ਰਹਿ ਗਈ ਫਿਰ। ਕਹਿੰਦੀ ਕੁੜੀ ਵਾਲਿਆਂ ਨਾਲ ਗੱਲ ਕਰਾਂਗੀ ਤੇ ਨਾਲੇ ਉਹਦੀ ਰਿਸ਼ਤੇਦਾਰੀ ਆ। ਅੱਛਾ ਬਿਸਕੁਟਾਂ ਦਾ ਪੀਪਾ ਉਦੋਂ ਉਹਦਾ ਚੱਕੀ ਫਿਰਦਾ ਸੀ। ਆਈ ਸੀ ਬਲਜੀਤ ਬਿਸਕੁਟਾਂ ਦਾ ਪੀਪਾ ਲੈਣ ਤੇ ਰਿਸ਼ਤੇ ਦੀ ਗੱਲ ਕਰਨ ਲੱਗ ਪਈ, ਆਂਦੀ ਰਿਸ਼ਤਾ ਤੇ ਕਰਵਾ ਦਿਆ ਪਰ ਤੇਰੀ ਨੂੰਹ ਬੜੀ ਭੈੜੀ ਆ। ਭੈੜੀ ਕਿੱਥੇ ਆ, ਆਪਣੀ ਜਗ੍ਹਾ ਵੀ ਸਿਆਣੀ ਆ। ਇਹ ਅੰਦਰ ਮੁੜੀ ਜਾਂਦੀ ਸੀ ਤੇ ਉਹਦੇ ਮਗਰ ਪੈ ਗਈ, ਪਤਾ ਨੀ ਹੁਣ ਰਿਸ਼ਤਾ ਕਰਾਓ ਕਿ ਨਹੀਂ ਕਰਾਓ। ਭੈਣ ਜੀ ਇੱਕ ਗੱਲ ਦੱਸਾਂ ਤੁਹਾਨੂੰ, ਮੈਂ ਤੇ ਫੋਨ ਕਰਨਾ ਸੀ ਤੁਹਾਨੂੰ, ਮੈਂ ਨਾ ਕਈ ਵੀਡੀਓ ਵੇਖੀਆਂ ਵਾ ਕਾਲੀ ਕਮਲੀ ਵਾਲੇ ਬਾਬੇ ਦੀਆਂ, ਉਹਦੀਆਂ ਕਈਆਂ ਗੱਲਾਂ ਕਈ ਸੱਚ ਹੋਈਆਂ ਵਾ, ਮੈਂ ਕਹਿੰਦੀ ਆਪਾਂ ਵੀ ਉੱਥੇ ਜਾ ਆਈਏ। ਅੜੀਏ ਗੁਰੂ ਘਰ ਤੇ ਮੈਂ ਰੋਜ਼ ਜਾਂਦੀ ਹਾਂ। ਉਹ ਗੱਲ ਤਾਂ ਤੁਹਾਡੀ ਠੀਕ ਆ, ਮੇਰੀ ਵੀ ਮੰਨੋ ਕਈ ਵਾਰੀ ਨਾ ਥੋੜੀ ਬਹੁਤੀ ਅੜਚਣ ਹੁੰਦੀ ਆ, ਉਹ ਵੀ ਉੱਥੇ ਜਾ ਕੇ ਹੱਲ ਹੋ ਜਾਂਦੀ ਆ। ਸੁਖੀ ਨੇ ਤਾਂ ਨਹੀਂ ਮੰਨਣਾ ਤੇ ਮੈਂ ਇਕੱਲੀ ਜਾਊਂਗੀ। ਜਾ ਨਾ ਸਾਡੇ ਪੰਡਿਤ ਵਾ ਉੱਥੇ ਨਾ ਜਾ ਆਈਏ, ਹੱਥਾਂ ਤੇ ਸਰੋ ਜਮਾਉਂਦਾ ਵਾ। ਇਹ ਨਾ ਬਲਜੀਤ ਮੈਨੂੰ ਤਾਂ ਲੱਗਦਾ ਇਹਨੇ ਕੋਈ ਕਿੱਦਾਂ ਕਰਾਇਆ, ਇਹ ਤੋਂ ਮਗਰੋਂ ਜੰਮੇ ਵਿਆਹੇ ਗਏ ਨੇ ਜਿਹਨਾਂ ਨਹਾਉਣ ਧੋਣ ਦਾ ਨਹੀਂ ਪਤਾ। ਮੇਰੀ ਭੈਣ ਚਿੰਤਾ ਨਾ ਕਰ, ਮੈਂ ਤਕੜੀ ਹੁੰਦੀ ਤੇ ਮੈਂ ਹੀ ਚੱਲ ਜਾਣਾ ਸੀ ਤੇਰੇ ਨਾਲ, ਉੱਥੇ ਨਾ ਮੈਂ ਵੀਰ ਭਾਬੀ ਨੂੰ ਕਹਿ ਦਾਂਗੀ ਤੈਨੂੰ ਆਪੇ ਹੀ ਲੈ ਜਾਣਗੇ। ਸੁਖੀ ਨਾ ਆਹ ਗੱਲਾਂ ਦਾ ਵਿਸ਼ਵਾਸ ਨਹੀਂ ਕਰਦਾ, ਨਹੀਂ ਤੇ ਉਹ ਆਪ ਹੀ ਚੱਲ ਜਾਵੇ। ਭੈਣ ਇਹਦੇ ਵੱਲੋਂ ਸਾਰਾ ਦੱਸਦੀ, ਜਨਮ ਤਰੀਕ ਟਾਈਮ ਸਭ ਯਾਦ ਆ ਨਾ ਤੁਹਾਨੂੰ। ਆਹੋ ਉਹ ਤਾਂ ਮੈਨੂੰ ਸਾਰਾ ਪਤਾ ਆ, ਕਿਹੜੇ ਦਿਨ ਜਾਵਾਂ। 7 ਦਿਨ ਹੁੰਦਾ, ਜਦੋਂ ਮਰਜ਼ੀ ਚੱਲ ਜਾਇਓ। ਮੈਂ 2-3 ਦਿਨ ਬਾਅਦ ਜਾਵਾਂਗੀ ਤੇ ਤੂੰ ਫੋਨ ਕਰਕੇ ਪੁੱਛਦੀ ਕਿਸੇ ਵੇਲੇ ਕਿਤੇ ਬੰਦਾ ਗਿਆ ਹੀ ਹੁੰਦਾ। ਲੈ ਮੈਂ ਅੱਜ ਹੀ ਪੁੱਛ ਦਿੰਦੀ ਹਾਂ। ਅੜੀਏ ਕਦੇ ਨਾ ਵੱਡੇ ਵਡੇਰਿਆਂ ਦੀ ਮੰਨਤਾਂ ਕਰਨੀ ਪੈਂਦੀ ਹੈ। ਸਾਰਾ ਕੁਛ ਦੱਸ ਦੂ, ਜੋ ਕਮੀਆਂ ਹੋਈਆਂ, ਕੀਤਾ ਕਿਰਾਇਆ ਵੀ ਦੱਸ ਦੂ, ਜਾਂ ਬਾਹਰੋਂ ਕੀਤਾ ਜਾਂ ਘਰੋਂ ਕੀਤਾ, ਜੇ ਬੰਦਾ ਦੱਸਦਾ ਨਾ ਪਾਸਾ ਕਰ ਲਈ ਉਹਦੇ ਤੋਂ। ਉਹ ਤੇ ਬਲਜੀਤ ਪਾਸਾ ਕਰਨਾ ਹੀ ਪਊ, ਮੈਨੂੰ ਤੇ ਨੀਂਦ ਨਹੀਂ ਆਉਂਦੀ, ਬੰਦੇ ਦਾ ਕੀ ਵਸਾ ਆ, ਮੈਨੂੰ ਤੇ ਇੰਨਾ ਆ ਮੇਰੇ ਜਿਉਂਦੇ ਜੀ ਨਾ ਸੁਖੀ ਦਾ ਕੋਈ ਜਵਾਕ ਹੋ ਜੇ। ਐ ਭੈਣ ਤੂੰ ਕਮਲੀ ਆ, ਐਵੇਂ ਨੀ ਮਾੜੀਆਂ ਆਵਾਜ਼ਾਂ ਕੱਢੀ ਦੀਆਂ, ਤੇਰੀ ਕੋਈ ਉਮਰ ਆ।
ਲੈ ਖਰੇ ਕਿੱਥੇ ਰਹਿ ਗਿਆ ਸੀ ਆ ਆਉਂਦੇ ਦੋਵੇਂ ਉਹ ਰਹਿਣਾ ਕਿੱਥੇ ਸੀ ਆ ਸੁਖੀ ਕੋ ਇੱਕ ਦੋ ਕੰਮ ਕਰਾਉਣ ਲੱਗ ਪਿਆ ਸੀ ਚੱਲ ਬਲਜੀਤ ਠੀਕ ਹੈ ਫਿਰ ਹੈ ਚੱਲ ਸੁਖੀ ਛੇਤੀ ਚੱਲੀਏ ਬੜਾ ਕਵੇਲਾ ਹੋ ਗਿਆ ਵਾ ਹਾਏ ਹਾਏ ਬਾਹਰ ਤੇ ਸੇਕ ਹੀ ਬੜਾ ਵਾ ਮੇਰਾ ਤੇ ਜੀ ਕਰਦਾ ਹੈ ਨਾ ਘਰ ਛੱਡ ਕੇ ਚੱਲ ਜਾ ਕਿਸੇ ਪਾਸੇ ਨੂੰ ਤੇ ਵੇਂਦੇ ਰਹੋ ਫੋਨ ਫਿਰ ਹੁਣ ਕਿੱਥੇ ਜਾਣਾ ਤੂੰ ਜਾਣਾ ਹੀ ਤੇ ਪਹਿਲਾਂ ਜਾਂਦੀ ਹੁਣ ਤੇ ਛੁੱਟੀਆਂ ਹੋ ਗਈਆਂ ਹਾਏ ਰੱਬਾ ਆ ਬਸ ਮੇਰੇ ਕਰਮਾਂ ਦਾ ਇਸਤਾ ਏ ਜੇ ਮੈਂ ਮਰ ਗਈ ਨਾ ਫਿਰ ਨਹੀਂ ਫੋਨ ਵੇਖਣਾ ਤੁਸੀਂ ਪਤਾ ਨਹੀਂ ਕਿਹੜੇ ਕੰਜਰ ਨੇ ਆ ਬਣਾਇਆ ਆ ਫੋਨ ਸਾਰੀ ਦੁਨੀਆ ਗੁਲਾਮ ਕੀਤੀ ਪਈ ਏ ਜੋ ਬੁੱਢਾ ਬੰਦਾ ਜਨਾਨੀ ਸਾਰੇ ਫੋਨਾਂ 'ਚ ਲੱਗੇ ਨੇ ਕਮਾਈ ਭਾਵੇਂ 50 ਰੁਪਏ ਦੀ ਨਾ ਹੋਏ ਜੇ ਤੇਰੇ ਕੋਲੋਂ ਮੋਬਾਈਲ ਦੀਆਂ ਹਾਣੀਆਂ ਤੇ ਭਾਸ਼ਣ ਦਵਾਇਆ ਜਾਏ ਨਾ ਤੂੰ ਤੇ ਪਹਿਲੇ ਨੰਬਰ ਤੇ ਆਏ ਨਾ ਮੈਂ ਕੱਲੀ ਨੇ ਕਦੋਂ ਆਉਣਾ ਨੰਬਰ ਪਹਿਲੇ ਤੇ ਮੇਰੇ ਵਰਗੀਆਂ ਹੋਰ ਵੀ ਬਥੇਰੀਆਂ ਸਤੀਆਂ ਹੋਣੀਆਂ ਵਿਚਾਰੀਆਂ ਦੁੱਖਾਂ ਦੀਆਂ ਮਾਰੀਆਂ ਕੋਮਲ ਤੂੰ ਬਸ ਵੀ ਕਰਿਆ ਕਰ ਮੈਂ ਕੱਲਾ ਹੀ ਥੋੜੀ ਫੋਨ ਵੇਖਣ ਆਇਆ ਸਾਰੀ ਦੁਨੀਆ ਵੇਚਦੀ ਏ ਅੱਗ ਲੱਗੇ ਦੁਨੀਆ ਨੂੰ ਤੁਹਾਡਾ ਤੇ ਮੇਰੀ ਗੱਲਾਂ 'ਚ ਭੋਰਾ ਖਿਆਲ ਨਹੀਂ ਹੁੰਦਾ ਕਹੀ ਨਹੀਂ ਮੈਂ ਕੁਝ ਆ ਜਵਾਬ ਤੁਹਾਡਾ ਕੁਝ ਆਉਂਦਾ ਏ ਮੇਰਾ ਤੇ ਦਿਲ ਕਰਦਾ ਤਲਾਕ ਲੈ ਲਾ ਪਰ ਫੇਰ ਸੋਚਦੀ ਆ ਤੁਹਾਨੂੰ ਤੇ ਮੋਜਾਂ ਲੱਗ ਜਾਣੀਆਂ ਨਾਲੇ ਘਰ ਦਾ ਜਿਹੜਾ ਬਿੜਾ ਗਰਕ ਹੋਣਾ ਉਹ ਵੱਖਰਾ ਵੇਖਾਂ ਮੈਂ ਦੁਖੀ ਹੋਈ ਪਈ ਆ ਇੱਧਰ ਹਾਸੇ ਆਉਂਦੇ ਨੇ ਨਾ ਦੁੱਖ ਕਾਹਦਾ ਤੁਹਾਡੀ ਮਾਂ ਦਾ ਹਾਲ ਵੇਖ ਲਓ ਹਜੇ 2 ਦਿਨ ਹੋਏ ਨੇ ਉੱਥੇ ਗਈ ਨੂੰ ਚਾਚੀ ਕੋ ਅੱਜ ਫੇਰ ਤੁਰ ਪਈ ਹੈ ਹੁਣ ਉੱਧਰ ਹੀ ਤੁਰੇ ਰਿਹਾ ਕਰਨਾ ਵਾ ਵੀ ਉਹ ਠੀਕ ਨਹੀਂ ਹੈ ਹੈ ਕੋਈ ਫਿਕਰ ਫਾਕਾ ਤੁਹਾਡੀ ਮਾਂ ਨੂੰ ਸਬਜ਼ੀ ਪਾਣੀ ਦਾ ਕੀ ਬਣਾਉਣਾ ਕੀ ਧਰਨਾ ਵਾ ਬਸ ਚੁੱਕਿਆ ਝੋਲਾ ਤੇ ਤੁਰ ਪਏ ਉਹ ਗੱਲ ਕੀ ਹੈ ਦੁੱਖ ਕਾਹਦਾ ਤੈਨੂੰ ਤੂੰ ਉਹਨਾਂ ਨੂੰ ਕਿਉਂ ਡੀਕਣ ਨਹੀਂ ਸਬਜ਼ੀ ਤੂੰ ਆਪ ਬਣਾ ਲਾ ਨਾ ਇਹ ਗੱਲ ਤੁਹਾਨੂੰ ਪਹਿਲੇ ਦਿਨ ਵਿਚੋਲੇ ਨੇ ਕਹੀ ਸੀ ਵੀ ਲਸਣ ਛਿੱਲਣ ਨਾਲ ਨਾ ਮੇਰੇ ਨਹੁੰ ਦੀਆਂ ਕੋਰਾਂ ਭਰ ਜਾਂਦੀਆਂ ਨੇ ਤੇ ਤੁਸੀਂ ਫੇਰ ਮੈਨੂੰ ਉਹੀ ਕੰਮ ਲਾਉਣ ਡਏ ਹੋ ਤੇਰਾ ਨਾ ਅੱਜ ਮੈਂ ਨਹੁੰਆਂ ਵਾਲਾ ਹੱਲ ਵੀ ਕਰ ਹੀ ਦੇਣਾ ਅੱਜ ਲਿਆ ਕੇ ਦਿੰਦਾ ਤੈਨੂੰ ਮੈਂ ਹੈਂਡ ਕਵਰ ਨਾ ਨਾ ਐਵੇਂ ਨਾ ਕਿਤੇ ਤੁਰ ਪਿਓ ਲੈਣ ਆਪੇ ਮੰਮੀ ਕਰੂਗੀ ਮੇਰੇ ਕੋ ਨਹੀਂ ਹੁੰਦਾ ਇਹ ਜੱਬ ਖਾਨਾ ਨਾ ਜਦੋਂ ਮੰਮੀ ਬੁੱਢੀ ਹੋ ਗਈ ਤੇ ਫੇਰ ਕੌਣ ਕਰੂਗਾ ਫੇਰ ਵੀ ਤੇ ਕਰਨਾ ਹੀ ਪੈਣਾ ਨਾ ਕੋਈ ਨੀ ਜਿੰਨੇ ਚਿਰ ਨੂੰ ਮੰਮੀ ਨੇ ਬੁੱਢੀ ਹੋਣਾ ਮੇਰੀ ਉਦੋਂ ਨੂੰ ਨੂੰਹ ਆ ਜਾਣੀ ਹੈ ਆਪੇ ਉਹਦੇ ਕੋ ਕਰਾ ਲਿਆ ਕਰੂੰਗੀ ਮੈਂ ਹਜੇ 20 ਸਾਲਾਂ ਨੂੰ ਕਰਨਾ ਮੁੰਡੇ ਦਾ ਵਿਆਹ ਤਾਂ ਉਦੋਂ ਉਹਨਾਂ ਨੇ ਹੋਟਲ ਤੋਂ ਮੰਗਾ ਕੇ ਖਾਣੀਆਂ ਵਾ ਬੱਲੇ ਜੱਗੀ ਤੁਸੀਂ ਆ ਨਵੀਆਂ ਗੱਲਾਂ ਸੁਣਾਉਣ ਲੱਗ ਪਏ ਹੋ ਮੈਂ ਨਹੀਂ ਇਹੋ ਜਿਹੀਆਂ ਗੇਜਾਂ ਪਾਉਂਦੀ ਮੈਂ ਤੇ ਉਹਨਾਂ ਨੂੰ ਕਹੂੰ ਬਣਾਓ ਖਾਓ ਤੇ ਨਾਲੇ ਮੈਨੂੰ ਖਵਾਓ ਇਹ ਤਾਂ ਤੈਨੂੰ ਉਦੋਂ ਪਤਾ ਲੱਗਣਾ ਜਦੋਂ ਉਹਨਾਂ ਨੇ ਮੰਗਾ ਕੇ ਦਿੱਤੀਆਂ ਕਹ ਲਓ ਮੰਮੀ ਜੀ ਖਾ ਲਓ ਇਹ ਗੱਲ ਦੀ ਨਾ ਫਿਕਰ ਛੱਡ ਦਿਓ ਤੁਸੀਂ ਮੈਂ ਆਪਣਾ ਪੁੱਤ ਪਹਿਲਾਂ ਹੀ ਸਮਝਾ ਲੈਣਾ ਵਾ ਪੁੱਤ ਤੇਰੇ ਨੇ ਨਾ ਆਪਣੀ ਘਰ ਵਾਲੀ ਦੀ ਸੁਣਨੀ ਹੈ ਤੇਰੇ ਪਿੱਛੇ ਨਹੀਂ ਲੱਗਦਾ ਅਗਲਾ ਨਾ 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 ਉਹ ਮੇਰਾ ਪੁੱਤ ਆ ਤੇਰੇ ਵਰਗਾ ਨਹੀਂ ਉਹ ਮੇਰੇ ਤੋਂ ਇੰਚ ਬਾਹਰ ਨਹੀਂ ਆਊਗਾ ਹੁਣ ਤੇ ਨਾ ਟਾਈਮ ਹੀ ਚੰਗਾ ਵਾ ਕਿ ਬੰਦੇ ਹੁਣ ਘਰ ਵਾਲੀਆਂ ਦੀ ਵੀ ਸੁਣ ਲੈਂਦੇ ਆ ਤੇ ਮਾਂ ਪਿਓ ਦੀ ਵੀ ਸੁਣ ਲੈਂਦੇ ਆ ਗਾਂ ਗਾਂ ਨਹੀਂ ਇਹ ਕੁਛ ਚੱਲਣਾ ਹੋਰ ਬਲਜੀਤ ਠੀਕ ਠਾਕ ਆ ਹਾਂਜੀ ਹਾਂਜੀ ਤੁਸੀਂ ਫੋਨ ਹੀ ਕਰ ਦਿੰਦੇ ਅਸੀਂ ਨਾ ਇੱਧਰ ਗਏ ਆ ਕਿਤੇ ਕੰਮ ਤੇ ਅਸੀਂ ਆਖਿਆ ਜਾਂਦਾ ਜਾਂਦਾ ਚੱਲ ਬਲਜੀਤ ਦਾ ਪਤਾ ਹੀ ਲੈ ਚੱਲੀਏ ਠੀਕ ਚਾਚੀ ਜੀ ਚਾਚਾ ਜੀ ਕਿੱਥੇ ਨੇ ਲੱਭਣ ਨਹੀਂ ਡੇ ਸੁਖੀ ਪਤਾ ਤਾਂ ਹੈਗਾ ਤੈਨੂੰ ਚਾਚੇ ਤੇਰੇ ਦਾ ਇੱਕੋ ਹੀ ਕੰਮ ਆ ਲੋਕਾਂ ਦੇ ਫੈਸਲੇ ਕਰਾਉਣ ਤੋਂ ਜਾਂ ਫਿਰਦਾ ਰਹਿੰਦਾ ਚਾਚੇ ਨੂੰ ਕਹਿਣਾ ਹੀ ਕਿ ਐਵੇਂ ਬਾਹਰ ਚੱਲ ਫੈਸਲੇ ਕਰਾਉਣੇ ਤੇ ਹੈ ਹੀ ਆ ਨਾਲ ਮੈਰਿਜ ਬਿਊਰੋ ਵੀ ਖੋਲ ਲਓ ਮੇਰਾ ਵੀ ਸਰ ਜੂਗਾ ਚਿੰਤਾ ਨਾ ਕਰ ਕੋਈ ਜਦੋਂ ਮਹਾਰਾਜ ਨੇ ਚਾਹੇ ਉਦੋਂ ਹੋ ਹੀ ਜਾਣਾ ਵਾ ਚਲੋ ਫਿਰ ਬੈਠੋ ਮੈਂ ਪਾਣੀ ਤੇ ਲਿਆਵਾਂ ਬਲਜੀਤ ਨਾ ਅਸੀਂ ਪਾਣੀ ਪੀ ਕੇ ਆਏ ਆ ਬਹਿ ਜਾ ਤੂੰ ਹੈ ਮੰਮੀ ਸੁਮਨ ਭਾਬੀ ਦਾ ਫੋਨ ਆ